ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਵਿੰਗ ਡੇ ਨਿਊਜ਼ ਮੈਂ ਗੋਬਿੰਦ ਸੈਣੀ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਡਰਾਈ ਫੂਡ ਵਾਲੀ ਚਾਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਅਸੀਂ ਇੱਕ ਰੇੜੀ ਤੇ ਖੜੇ ਆ ਇੱਥੇ ਇੱਕ ਬੰਦਾ ਜਿਹੜਾ ਹੈਗਾ ਡਰਾਈ ਫੂਡ ਦੇ ਨਾਲ ਜਿਹੜਾ ਹੈਗੀ ਹੈ ਚਾਹ ਬਣਾਈ ਜਾਂਦੀ ਸੀ ਡਰਾਈ ਫੂਡ ਦੇਖ ਸਕਦੇ ਹੋ ਜਿਹਦੇ ਵਿੱਚ ਕਾਜੂ ਖਰੋਟ ਬਦਾਮ ਕਿਸ਼ਮਿਸ ਛਵਾਰੇ ਇਲਾਇਚੀ ਹੋਰ ਕਈ ਮਸਾਲੇ ਇੱਥੇ ਹੈਗੇ ਆ ਅਕਸਰ ਜਿਹੜੀ ਚਾਹ ਹੁੰਦੀ ਅਸੀਂ ਦੇਖਦੇ ਹੁੰਦੇ ਆ ਜਾਂ ਚਾਹ ਉਹਦੇ ਵਿੱਚ ਚਾਹ ਪੱਤੀ ਲੌਂਗ ਇਲਾਇਚੀ ਅਦਰਕ ਜਾਂ ਚੀਨੜ ਬੰਦੇ ਪਰੰਤੂ ਇੱਥੇ ਜਿਹੜੀ ਚਾਹ ਤਿਆਰ ਕੀਤੀ ਜਾਂਦੀ ਚਾਹ ਦਿੱਤੀ ਜਾਂਦੀ ਹੈ ਤੇ ਸਾਡੇ ਕੋਲੇ ਸਖ ਸਾਡੇ ਕੋਲੇ ਮੌਜੂਦ ਹੈ ਇਹਨਾਂ ਗੱਲਬਾਤ ਕਰਦੇ ਹਾਂ ਜੀ ਸਾਨੂੰ ਇਹ ਦੱਸੋ ਜਿਹੜੀ ਤੁਸੀਂ ਡਰਾਈ ਫਰੂਟਾਂ ਨਾਲ ਚਾਹ ਬਣਾਉਂਦੇ ਹੋ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਤੇ ਕਿਸ ਤਰ੍ਹਾਂ ਤੁਸੀਂ ਤਿਆਰ ਕਰਦੇ ਹੋ ਕੀ ਕੀ ਡਰਾਈ ਫਰੂਟ ਤੁਸੀਂ ਪਾਉਂਦੇ ਹੋ ਚਾਹ ਦੇ ਵਿੱਚ ਜੀ ਸਾਡੇ ਸਰਦਾਰ ਜੀ ਗੁਰੂ ਜੀ ਸਾਨੂੰ ਮਤਲਬ ਕਿ ਕਹਿ ਗਏ ਸੀਗੇ ਜੀ ਵੀ ਕਾਕਾ ਆ ਚੀਜ਼ਾਂ ਵਰਤ ਤੂੰ ਕੁਝ ਲੋਕਾਂ ਦੀ ਮੋੜੀ ਜਾਨ ਵੀ ਪੂਗੀ ਸ਼ਰੀਰ 'ਚ ਜਿਵੇਂ ਆਪਾਂ ਹੁਣ ਖਰੋੜਗਿਰੀ ਇਹ ਕਾਜੂ ਬਦਾਮ ਆ ਦੱਖਾਂ ਇਹ ਖਸਖਸਾ ਮਸਾਲਾ ਇਲਾਇਚੀਆਂ ਇਹ ਇਹ ਆਪ ਨੂੰ ਕਿਆ ਸਰਦਾਰ ਜੀ ਸਾਡੇ ਕਿਆ ਇਹ ਉਹਨਾਂ ਨੇ ਮਤਲਬ ਕਿ ਸਾਨੂੰ ਕਿਹਾ ਸੀਗਾ ਜੀ ਹਾਂਜੀ ਸਰ ਅੱਛਾ ਜਿਹੜੀ ਤੁਸੀਂ ਚਾਹ ਤੁਸੀਂ ਬਣਾਉਣੀ ਹੋ ਡਰਾਈ ਫੂਡ ਪਾਣੇ ਹੋ ਦੇਖਿਆ ਗਿਆ ਡਰਾਈ ਫੂਡ ਤਾਂ ਵੈਸੇ ਆਪਾਂ ਘਰੇ ਖਾਣੇ ਆ ਜਾਂ ਖੀਰ ਖੁਰਚ ਪਾ ਲੈਣੇ ਤੁਸੀਂ ਚਾਹ ਦੇ ਵਿੱਚ ਪਾ ਰਹੇ ਹੈਗੇ ਹੋ ਤੇ ਤੁਹਾਡੇ ਲੋਕ ਆ ਕੇ ਪੁੱਛਦੇ ਨੇ ਵੀ ਤੁਸੀਂ ਡਰਾਈ ਫੂਡ ਦੀ ਚਾਹ ਬਣਾ ਰਹੇ ਸਤੈ ਕਦੀ ਦੇਖੀ ਨਹੀਂ ਉਹਦੇ ਹੀ ਕਹਿੰਦਾ ਸਰ ਜੀ ਬਣਾਣੇ ਕਿਵੇਂ ਫਿਰ ਉਹਨਾਂ ਬਣਾ ਕੇ ਦਿਖਾਣੇ ਕੁੱਟ ਕੱਟ ਕੇ ਆਪਾਂ ਵਿੱਚ ਬਣੇ ਚਾਹ ਫਰਮ ਵੀ ਬਣਾ ਨਹੀਂ ਕੁੱਟ ਕੇ ਉਹਨਾਂ ਗਾਹ ਦੇ ਫਰਮ ਨੇ ਬਿਲਕੁਲ ਕਸਟਮਰ ਮੰਗਨੇ ਆ ਇਹ ਸਾਡੇ ਕੋਲੇ ਖੜ ਜੋਗੀ ਅਵੇਲੇ ਸਾਹਮਣੇ ਸਾਰਾ ਕੁਝ ਕਰਦੇ ਆਂ ਬੇਜ ਆਣੀ ਵੀ ਕਈ ਵਾਰ ਕੋਲਾਗਾ ਬੈਜ ਉੱਥੇ ਅਸੀਂ ਤਾਂ ਕੋਲੇ ਖੜੋ हां ਜੇ ਤੁਸੀਂ ਡਰਾਈ ਫਰੂਟ ਦੀ ਚਾਰਜ ਤਿਆਰ ਕਰਦੇ ਹੈਗੇ ਹੋ ਤੁਸੀਂ ਦੱਸਿਆ ਵੀ ਆ ਕਾਫੀ ਕੁ ਇਸ ਚੀਜ਼ਾਂ ਚ ਪਾਣੇ ਹੈਗੇ ਹੋ ਇਹਦਾ ਖਰਚਾ ਬਹੁਤ ਹੁੰਦਾ ਹੋਊਗਾ ਫਿਰ ਕਿਵੇਂ ਕੋਲੀ ਫਰੇ 40 ਰੁਪਏ ਕੱਪ ਹੈ ਇਹ ਖਰਚੇ ਦੀ ਗੱਲ ਨਹੀਂ ਫਿਰ ਜਿੰਨੇ ਪਬਲਿਕ ਆਈ ਹੋਗੀ ਉਹ ਫਾਨਾ ਫਰ ਕਮਾਈ ਵਧੀ ਜਾਊਗੀ ਅੱਛਾ ਹਾਂਜੀ ਸਰ ਖਰਚਾ ਪੈਂਦਾ ਹੈ ਖਰਚਾ ਫਿਰ ਬਹੁਤ ਵਾਲੀ ਡਰਾਈ ਫਰੂਟ ਮਹਿੰਗੇ ਫਰੇ ਹੀ ਅੱਛਾ ਮੈਂ ਹੱਤ ਤੀ ਜਿੰਦਗੀ ਚ ਨਹੀਂ ਦੇਖਿਆ ਵੀ ਡਰਾਈ ਫਰੂਟ ਦੀ ਚਾਲ ਦੇਖੀ ਤੁਹਾਡੇ ਕੋਲ ਪਹਿਲੀ ਵਾਰੀ ਦੇਖ ਰਿਹਾ ਹੈਗਾ ਐਵੇਂ ਜੇ ਤੁਹਾਡੇ ਕੋਲ ਲੋਕ ਵੀ ਆਂਦੇ ਹੋਣਗੇ ਬੇਸੀ ਡਰਾਈ ਫੂਟੇ ਚਾਹ ਦਾ ਕਦੀ ਪਿੱਤੀ ਨਹੀਂ ਚਾਹ ਪੱਤੀ ਆਪਾਂ ਚੀਨੀ ਉਹ ਲੌਂਗ ਲੈਚ ਕਹਿੰਦੇ ਹੀ ਕਹਿੰਦੇ ਉਹਦਾ ਮਤਲਬ ਕਿ ਘਰੇ ਮਦਗੀ ਚਾਹ ਜਾਂ ਆ ਗੁੜ ਵਰਤਦੇ ਆਈ ਕਈ ਕਸਟਮਰ ਕਹਿੰਦੇ ਯਾਰ ਫੜ ਘਰੇ ਚਾਹ ਫਟ ਵੀ ਜਾਂਦੇ ਤੇ ਲੋਕ ਨਹੀਂ ਖੜਦੀ ਮੈਂ ਕਹਾਂ ਵੀਰੇ ਕੁਦਰਤੀ ਪ੍ਰਦਾਨ ਹੈ ਹਾਂ ਲੋ ਉਹ ਕਈ ਕਸ਼ਮਰਨ ਬਗੋ ਆ ਕੇ ਤੇ ਬੈਠ ਕਰ ਲੈਂਦੇ ਆ ਕਦੇ ਯਾਰ ਅਸੀਂ ਘਰੇ ਚਾਹ ਗੁੜਾ ਲਈ ਬਣਾ ਫਟ ਜਾਂਦੇ ਤੇ ਲੋਕ ਨਹੀਂ ਫੜਦੀ ਮੈਂ ਕਹਾਂ ਵੀਰੇ ਕੁਦਰਤੀ ਕਈ ਵਾਰ ਪੜ ਕਹਿੰਦੇ ਨੇ ਵੀ ਹਵਾ ਦਾ ਮਾੜਾ ਮੋਟਾ ਆ ਜਾਂਦਾ ਜੀ ਉਹ ਹਵਾ ਜੀ ਅੱਛਾ ਸਪੈਸ ਜੇ ਤੁਸੀਂ ਡਰਾਈ ਫੂਟੇ ਡਰਾਈ ਫੂਟੇ ਚ ਪਾਣੀ ਹੈ ਚਾਹ ਦੇ ਵਿੱਚ ਇਹ ਨਾਲ ਕੀ ਆਪਾਂ ਗੱਲ ਕਰੀ ਸੇਹ ਦੇ ਵਿੱਚ ਕਿੰਨਾ ਕ ਫਰਕ ਪੈਂਦਾ ਇਹਦਾ ਫਰਕ ਤੁਸੀਂ ਪਬਲਿਕ ਜਿਹੜੀ ਆਮ ਬੰਦਾ ਆ ਕੇ ਪੀਵੇ ਕੋਈ ਵੀ ਚੰਗੇ ਬੰਦੇ ਆ ਕੇ ਪਿੰਡੋਂ ਦੱਸ ਦੇ ਕੀ ਫਰਕ ਆ ਕਿ ਨਹੀਂ ਬਸ ਸਾਡੇ ਕਿਆ ਨਾ ਕੁਝ ਨਹੀਂ ਹੋਣਾ ਜੀ ਇਹਦਾ ਆਪ ਹੀ ਦੱਸਾਂਗੇ ਪੀ ਕੇ ਜੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਹੁਣ ਮੈਂ ਤੁਹਾਨੂੰ ਕਹਦਾ ਹਾਂ ਜੀ ਬਹੁਤ ਫਰਕ ਪੈਂਦਾ ਜੀ ਮਸਗੀ ਇਹਦਾ ਜਿਹੜਾ ਸਿਆਣਾ ਬੰਦਾ ਜੇ ਕੁਝ ਵੀ ਹੁਣ ਪਤਾ ਡਰਾਈ ਫੂਡ ਦਾ ਕੀ ਫਰਕ ਪੈਂਦਾ ਜੀ ਹਾਂਜੀ ਬਸ ਦੇਖ ਅਕਸਰ ਦੇਖਣ ਚਾਹੀਏ ਵੀ ਕੈਮੀਕਲ ਵਾਲੇ ਚੀਜ਼ਾਂ ਮਾਰਕੀਟ ਬਹੁਤ ਜ਼ਿਆਦਾ ਆ ਰਹੀਆਂ ਤੇ ਲੋਕ ਡਰਦੇ ਆ ਕੋਈ ਵੀ ਚੀਜ਼ ਲੈਣ ਤੋਂ ਪਰ ਤੁਸੀਂ ਜਿਹੜਾ ਹੈਗਾ ਡਰਾਈ ਫੂਡ ਜਿਹੜਾ ਕਿੰਨੇ ਪਿਛਲੇ ਸਮੇਂ ਦਾ ਚੱਲਦਾ ਆ ਰਿਹਾ ਕਾਜੂ ਬਣਾ ਹਰੇ ਦੇ ਘਰੇ ਹੁੰਦਾ ਆਪਾਂ ਪੰਜੀਰੀ ਬਣਾਉਂਦੇ ਉਦੋਂ ਵਿੱਚ ਸਾਰੀ ਚੀਜ਼ਾਂ ਪੈਂਦੀਆਂ ਹੈਗੀਆਂ ਤੁਸੀਂ ਉਹ ਚਾਹ ਦੇ ਵਿੱਚ ਪਾਰੇ ਹੈਗੇ ਹੋ ਤੇ ਫਿਰ ਕਿਸ ਤਰ੍ਹਾਂ ਲੱਗਦਾ ਜਿਹੜਾ ਹੈਗਾ ਵੀ ਹੋਰ ਚਾਹ ਆਏਗੀ ਵਿਕਰੀ ਆ ਤੁਸੀਂ ਡਰਾਈ ਫੂਡ ਦੇ ਦੇ ਰਹੇ ਨਹੀਂ ਸਰ ਮੇਰੇ ਫਾਲ ਮੈਂ ਹੀ ਇਕੱਲਾ ਹੀ ਬਣਾ ਰਿਹਾ ਸੀ ਚਾਹ ਬਾਕੀ ਪਬਲੀ ਤੋਂ ਫੁੰਦੇ ਕਹਿੰਦਾ ਫਿਰ ਕੋਈ ਦੇਖਿਆ ਨਹੀਂ ਇੰਨੀ ਚਾਹ ਜੀ ਵੈਰਿਟੀ ਪਾਉਂਦਾ ਨਹੀਂ ਲੋਕ ਮਾੜੀ ਖੰਡ ਜਾਂ ਪਾਉਂਦੇ ਆ ਮੜੀ ਉਹ ਇਲਾਇਚੀ ਪਾਉਂਦੇ ਜਾਂ ਗੁੜ ਪਾਉਂਦੇ ਕਹਿੰਦਾ ਤੁਸੀਂ ਮਤ ਕਿੰਨਾ ਫਮਣ ਪਾਉਂਦੇ ਯਾਪਾ ਮੈਂ ਰੋਈ ਪੀਟੀਏ ਕੋਈ ਬੰਦ ਨਹੀਂ ਵਧੀਆ ਦਿਹਾੜੀ ਬਣ ਜਾਂਦੀ ਹੈ ਇਹ ਜੀ ਗੱਲ ਨਹੀਂ ਸਰ ਅੱਛਾ ਇੱਕ ਵਾਰੀ ਹੋਰ ਸਾਨੂੰ ਦੱਸੋ ਇੱਕ ਇੱਕ ਖਰਚੀ ਕਰਕੇ ਦੱਸੋ ਡਰਾਈ ਫੂਡ ਵਿੱਚ ਕੀ ਕੀ ਨਾਮ ਹੈਗੇ ਸਾਰਿਆਂ ਦੇ ਜੋ ਚਾਹ ਪਾਣੇ ਆ ਗਈਆਂ ਅਗੇ ਹੀ ਖੱਡਾ ਆ ਮਸਾਲਾ ਆ ਗਈ ਖਸ ਖਸ ਆ ਗਈ ਬਦਾਮ ਆ ਗਈ ਖਰੋੜਗਰੀ ਆ ਗਈ ਕਾਜੂ ਆ ਗਈ ਆਪਣਾ ਦਾਖ ਆ ਗਈ ਫੌਮ ਫਾਗੀ ਚੁਆਰੇ ਆ ਗਈ ਬਾਕੀ ਗੁੜ ਸ਼ੱਕਰ ਚਾਹ ਪਤੀ ਜੀ ਬਸ ਇਹ ਚੀਜ਼ ਕੀ ਹੈ ਇਹ ਮਸਾਲਾ ਇਹ ਸਾਡਾ ਸਿਕਰੇਟ ਮਸਾਲਾ ਹੈ ਆਪਦਾ ਕੁਦਰਤੀ ਬਣਾਇਆ ਹੋਇਆ ਹੈ ਇਹ ਮਤਲਬ ਜੇ ਮੈਂ ਮੜਾ ਮੜਾ ਕੋਈ ਚਾਹ ਫਾਉਮ ਖੰਘ ਖੰਘ ਹੁੰਦੀ ਹੈ ਜੀ ਪੋਚੀ ਜਾਇ ਚਾਹੀਏ ਇਹਨਾਂ ਉਹਦਾ ਮਸਾਲੇ ਮਤਰੀ ਕੁਟ ਕੇ ਫਾੜੇ ਆਪ ਦੇ ਬਣਾਏ ਹੋਏ ਆਈਏ। ਕੁਦਰਤੀ ਕੇਂਦਰ ਮਤਬੀ ਇਹ ਜੜੀ ਮੁੱਟੇ ਦਾ ਮਸਾਲਾ ਤਿਆਰ ਕੀਤਾ। ਹਾਂਜੀ ਹਾਂਜੀ ਇਹ ਕੁਦਰਤੀ ਹੈ ਤੁਸੀਂ ਆਪ ਫਰਕ ਖਾ ਕੇ ਦੇਖ ਲਓ ਬੜਾ ਤੁਹਾਨੂੰ ਆਪ ਪਤਾ ਲੱਗ ਜਾਣਾ ਜੀ। ਅਜੀ ਕੋਈ ਨਹੀਂ ਨਾ ਖਾਓ। ਆ ਕੇ ਦੇਖੋ ਕੋਈ ਪੈਸਾ ਨਹੀਂ ਆਦਾ ਜੀ। ਦੇਖ ਲਓ ਖਾ ਕੇ ਤੁਸੀਂ ਫਰ। ਅੱਛਾ ਚਲੋ ਤੁਸੀਂ ਆਦਾ ਮਿਹਨਤ ਨਾਲ ਤੁਸੀਂ ਬਣਾਏ ਤੁਹਾਡਾ ਆਪ ਦਾ ਸਿਗਰਟ ਰੱਖਿਆ ਵੀ ਦੱਸਣਾ ਨਹੀਂ ਤੇ ਸਿਹਤ ਵਾਸਤੇ ਕਰ ਫਾਇਦੇਮੰਦ। ਹਾਂਜੀ ਇਹ ਫਰਕ ਤੁਸੀਂ ਜੋ ਕੋਈ ਵੀ ਪੈਸਾ ਫਾੜੇ ਆਣਗੇ ਖਾਣ ਪੀਣਗੇ ਪਾ ਵੀ ਦੱਫਨ ਗਈ। ਬਾਕੀ ਆ ਮੁੰਡੇ ਖੜੇ ਨਾ ਪੁੱ ਏਸੀ ਸਾਡੇ ਕੋਲੇ ਸਖਸ ਜਿਹੜਾ ਚਾਹ ਵੇਚ ਰਿਹਾ ਡਰਾਈ ਫੁੱਟ ਵਾਲੀ ਚਾਹ ਵੇਚ ਰਿਹਾ ਤੇ ਇੱਥੇ ਲੋਕ ਵੀ ਮੌਜੂਦ ਹੈਗੇ ਨੇ ਜਿਹੜੇ ਚਾਹ ਪੀਂਦੇ ਆਸ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਚਾਹ ਡਰਾਈ ਫੁੱਟ ਵਾਲੀ ਬਣਾਉਂਦੇ ਆ ਕਿਸ ਤਰ੍ਹਾਂ ਲੱਗਦੀ ਹੈ ਚਾਹ ਕੀ ਕਹਿਣਾ ਇਸ ਵਾਰ ਸਰ ਜੀ ਚਾਹ ਬਹੁਤ ਹੀ ਟੈਸਟੀ ਐਂਡ ਫਰੈਸ਼ਟ ਹੈ ਜੀ ਅਸੀਂ ਚਾਹ ਪੀਤੀ ਲੇਕਿਨ ਇਤਨੀ ਟੈਸਟੀ ਚਾਹ ਕਹੀਂ ਵੀ ਨਹੀਂ ਪੀਏ ਅਸੀਂ ਅਭੀ ਤੱਕ ਇਨਕੀ ਚਾਹ ਕੇ ਅੰਦਰ ਜੋ ਟੈਸਟ ਮਿਲਿਆ ਸਾਨੂੰ ਪੀਣੇ ਕੋ ਉਹ ਕਿਸੇ ਜਗ੍ਹਾ ਇਤਨਾ ਟੈਸਟ ਨਹੀਂ ਮਿਲਿਆ ਔਰ ਚਾਹ बहुत बढ़िया चाय है जी वो से भी साफ़ सुथरी जगह है जी बहुत बढ़िया नाइस जगह नाइस बंदा है जी बोलने चालने में भी ये बहुत ही अपने प्यार से बोलते हैं किसी को आप शब्द नहीं बोलते जी अच्छा। हाँ जी अच्छा जो तुमने चाय पी रही हो इधर आके ड्राई फ्रूट वाली चाय आपने देखा हो जैसे ड्राई फ्रूट काफी सामान पड़ा इदर, जी जी। है इधर काजू बादाम करोट पड़े हैं तो तुम्हें तुम पूछते हो भी ये कैसे डालती हो या तुम्हें पहले ऐसी चाय देखी थी कभी नहीं सर ऐसी चाय तो नहीं देखी जी और जगह नहीं पिया अभी तक हमने ऐसी चाय ये कहते हैं कि भाई इस चाय को पीने से थोड़ी सेहत भी सही रहती है इसके अंदर कोई मिलावट की इतनी ज़्यादा है नहीं जो और लोगों के पास होती है जी बाकी सारे ही सारी चीज़ें बधियाँ हैं नहीं कोई कोई गलत चीज़ हो जमें कोई सड़ जा ऐसी चीज़ भी नहीं रखते बिल्कुल साफ़ सुथरी सभी जो भी मसाले रखते हैं सभी साभ, साफ़ सुथरे रखते हैं जी ਇਸੀ ਸਾਡੇ ਨਾਲ ਚਾਹ ਪੀਣ ਵਾਲੇ ਲੋਕ ਵੀ ਇੱਥੇ ਮੌਜੂਦ ਹੈਗੇ ਨੇ ਤੇ ਸਾਡੇ ਨਾਲ ਉਹ ਬੰਦੇ ਨਾਲ ਗੱਲਬਾਤ ਵੀ ਕੀਤੀ ਹੈ ਪੰਜਾਬ ਦਾ ਪਹਿਲਾ ਜਿਹੜੀ ਇਹ ਵਿੱਚ ਚਾਹ ਹੋਵੇਗੀ ਜਿਹੜੀ ਡਰਾਈ ਫਰੂਟ ਨੇ ਜਿਹੜੀ ਹੈਗੀ ਚਾਹ ਜਿਹੜੀ ਹੈਗੀ ਆ ਤਿਆਰ ਕੀਤੀ ਜਾਂਦੀ ਹੈ ਤੇ ਭਿੰਡਾ ਸ਼ਹਿਰ ਦੇ ਵਿੱਚ ਚਾਹ ਵਾਲੇ ਦਾ ਜਿਹੜਾ ਹੈਗਾ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਤੇ ਲੋਕ ਦੂਰ ਦੂਰੋਂ ਲੋਕ ਜਿਹੜੇ ਹੈਗੇ ਡਰਾਈ ਫਰੂਟ ਵਾਲੀ ਚਾਹ ਪੀਣ ਵਾਸਤੇ ਇੱਥੇ ਪਹੁੰਚ ਰਹੇ ਨੇ ਭਿੰਡਾ ਤੋਂ ਗੋਵਿੰਦ ਸੈਣੀ ਲਿਮਿਟਡ ਨਿਊਜ਼ ਪੰਜਾਬ